ਸੰਸਦੀ ਮੈਂਬਰ ਰਾਜ ਗਰੇਵਾਲ ਨੇ ਆਪਣੀ ਜੂਏ ਦੀ ਲੱਤ ਕਾਰਨ ਪਿਛਲੇ ਹਫ਼ਤੇ ਅਸਤੀਫਾ ਦਿੱਤਾ ਸੀ। ਉਹਨਾਂ ਵੀਰਵਾਰ ਨਿੱਜੀ ਤੌਰ 'ਤੇ ਮੈਡੀਕਲ ਕਾਰਨਾਂ ਕਰਕੇ ਅਸਤੀਫਾ ਦੇਣ ਦਾ ਐਲਾਨ ਵੀ ਕੀਤਾ ਸੀ, ਪਰ ਗਰੇਵਾਲ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਜੂਏ ਦੀ ਆਦਤ ਤੋਂ ਸੰਸਦ ਅਸਤੀਫਾ ਦੇਣ ਬਾਰੇ ਆਪਣਾ ਦਿਮਾਗ ਬਦਲ ਲਿਆ ਏ। ਉਹਨਾਂ ਨੇ ਪਿਛਲਾ ਫੈਸਲਾ ਗਲਤ ਸਲਾਹ ਕਰਕੇ ਲਿਆ ਸੀ। ਉੱਥੇ ਇੱਕ ਪਾਸੇ ਗਰੇਵਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਵੀ ਉਸਦੀਆਂ ਮੁਸੀਬਤਾਂ ਘਟਣ ਦੀ ਥਾਂ ਵੱਧਦੀਆਂ ਜਾ ਰਹੀਆਂ ਸਨ। ਪੁਲਿਸ ਰਾਜ ਗਰੇਵਾਲ ਦੀ ਜੂਏ ਦੀ ਆਦਤ ਨਾਲ ਨਾਲ ਹੁਣ ਕਾਲਾ ਧਨ ਅਤੇ ਦਹਿਸ਼ਤਗਰਦੀਆਂ ਨੂੰ ਫੰਡਿੰਗ ਦੇਣ ਦੇ ਮਾਮਲੇ 'ਚ ਵੀ ਜਾਂਚ ਕਰ ਰਹੀ ਹੈ। 22 ਨਵੰਬਰ ਨੂੰ ਆਪਣੇ ਐਲਾਨ ਉੱਤੇ ਪਹਿਲੀ ਵਾਰ ਬੋਲਦੇ ਹੋਏ ਗਰੇਵਾਲ ਨੇ ਆਖਿਆ ਕਿ ਉਹਨਾਂ ਨੇ ਬੇਹੱਦ ਭਾਵਨਾਤਮਕ ਸਥਿਤੀ 'ਚ ਫੇਸਬੁੱਕ ਉੱਤੇ ਗਲਤ ਸਲਾਹ ਕਰਕੇ ਅਸਪਸ਼ਟ ਬਿਆਨ ਜਾਰੀ ਕਰ ਦਿੱਤਾ ਸੀ। ਗਰੇਵਾਲ ਨੇ ਕਿਹਾ ਕਿ ਹਾਲਾਂਕਿ ਉਹ ਲਿਬਰਲ ਕਾਕਸ ਤੋਂ ਅਸਤੀਫਾ ਦੇ ਰਹੇ ਸਨ, ਪਰ ਉਹ ਅਗਲੇ ਸਾਲ ਸੰਸਦ 'ਚ ਰਹਿਣ ਬਾਰੇ ਅੰਤਿਮ ਫੈਸਲਾ ਕਰਨਗੇ। ਅਮੈਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਸਵਰਗੀ ਰਾਸ਼ਟਰਪਤੀ ਜਾਰਜ ਐਚ ਡਬਲਯੂ ਬੁਸ਼ ਦਾ ਤਾਬੂਤ ਵਾਸਟਿੰਗ ਲਿਆਉਣ ਲਈ ਰਾਸ਼ਟਰਪਤੀ ਦਾ ਵਿਸ਼ੇਸ਼ ਜਹਾਜ਼ ਭੇਜ ਰਹੇ ਹਨ। ਬੁਸ਼ ਦਾ ਅੰਤਿਮ ਸੰਸਕਾਰ ਇੱਥੇ ਹੋਣਾ ਹੈ। ਟਰੰਪ ਨੇ ਕਿਹਾ ਕਿ ਅਰਜਨਟੀਨਾ ਚੱਲ ਰਹੇ G20 ਸੰਮੇਲਨ ਅਤੇ ਉਹਨਾਂ ਦੀ ਵਾਪਸੀ ਦੇ ਬਾਅਦ ਵਿਸ਼ੇਸ਼ ਸ਼ਰਧਾਂਜਲੀ ਰੂਪ 'ਚ ਬੋਇੰਗ 747 ਜਹਾਜ਼ ਹਿਊਸਟਨ ਜਾਵੇਗਾ ਅਤੇ ਬੁਸ਼ ਦਾ ਤਾਬੂਤ ਲੈ ਕੇ ਵਾਸ਼ਿੰਗਟਨ ਵਾਪਸ ਆਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਏਅਰਫੋਰਸ ਵਨ ਮੈਨੂੰ ਅਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਵਾਸ਼ਿੰਗਟਨ ਆਵੇਗਾ, ਫਿਰ ਸਾਬਕਾ ਰਾਸ਼ਟਰਪਤੀ ਬੁਸ਼ ਦਾ ਤਾਬੂਤ ਲਿਆਉਣ ਦੇ ਲਈ ਹਿਊਸਟਨ ਭੇਜਿਆ ਜਾਵੇਗਾ। ਵਾਈਟ ਹਾਊਸ ਦਾ ਕਹਿਣਾ ਕਿ ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡ੍ਰਲ 'ਚ ਰਾਜਨੀਤਿਕ ਸਨਮਾਨ ਨਾਲ ਬੁਸ਼ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਾਸ਼ਟਰਪਤੀ ਟਰੰਪ ਅਤੇ ਉਹਨਾਂ ਦੀ ਪਤਨੀ ਮੈਲੀਨਾ ਉੱਥੇ ਹਾਜ਼ਰ ਰਹਿਣਗੇ। ਭਾਰਤੀ ਅਮਰੀਕੀਆਂ ਨੇ ਭਾਰਤ ਸਰਕਾਰ ਨੂੰ ਅਟਲਾਂਟਾ ਤੋਂ ਏਅਰ ਇੰਡੀਆ ਦੀ ਉਡਾਨ ਸੇਵਾ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਹਨਾਂ ਨੂੰ ਆਪਣੀ ਮਾਤ ਭੂਮੀ ਨਾਲ ਜੁੜਨ 'ਚ ਆਸਾਨੀ ਹੋ ਸਕੇ। ਫਿਲਹਾਲ ਨੈਪਾਰਾਕ, ਨਿਊਯਾਰਕ, ਵਾਸ਼ਿੰਗਟਨ DC, ਸ਼ਿਕਾਗੋ, ਲਾਸ ਏਂਜਲਸ ਅਤੇ ਸਾਨ ਫਰਾਂਸਿਸਕੋ ਤੋਂ ਏਅਰ ਇੰਡੀਆ ਦੀ ਉਡਾਨ ਹੈ। ਵਿਦੇਸ਼ ਰਾਜ ਮੰਤਰੀ ਜਨਰਲ VK ਸਿੰਘ ਨੇ ਹਾਲ ਹੀ 'ਚ ਅਮਰੀਕਾ ਦੌਰੇ 'ਤੇ ਭਾਰਤੀ ਅਮਰੀਕੀ ਸੰਗਠਨ ਦੇ ਜੋਰਜੀਆ ਚੈਪਟਰ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿਸ 'ਚ ਕਿਹਾ ਗਿਆ ਕਿ ਅਟਲਾਂਟਾ ਤੋਂ ਭਾਰਤੀ ਸ਼ਹਿਰਾਂ ਵਿਚਾਰ ਸਿੱਧੀ ਉਡਾਨ ਸੇਵਾ ਸ਼ੁਰੂ ਕਰਨ ਨਾਲ ਅਮਰੀਕਾ ਦੇ ਦੱਖਣੀ ਪੂਰਬੀ ਖੇਤਰ ਤੋਂ ਭਾਰਤੀ ਆਉਣ ਵਾਲੇ ਯਾਤਰੀਆਂ ਨੂੰ ਜ਼ਿਆਦਾ ਸਹੂਲਤ ਮਿਲੇਗੀ। ਮੈਕਸੀਕੋ ਦੇ ਗਵਾਹਾਦਲਾਹਰਾ ਵਿੱਚ ਅਮਰੀਕੀ ਵਣਜ ਦੂਤਘਰ ਉੱਤੇ ਇੱਕ ਵਿਸਫੋਟਕ ਹਮਲਾ ਕੀਤਾ ਗਿਆ। ਹਮਲਾ ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਦੇ ਦੌਰੇ 'ਤੇ ਕੁਝ ਘੰਟੇ ਪਹਿਲਾਂ ਹੀ ਕੀਤਾ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਹਮਲਾ ਸ਼ੁੱਕਰਵਾਰ ਨੂੰ ਦੇਰ ਰਾਤ ਹੋਇਆ, ਜਿਸ ਨਾਲ ਕੰਧ ਵਿੱਚ 40 ਸੈਂਟੀਮੀਟਰ ਦਾ ਇੱਕ ਟੋਆ ਬਣ ਗਿਆ, ਪਰ ਚੰਗੀ ਕਿਸਮਤ ਨਾਲ ਕੋਈ ਜ਼ਖਮੀ ਨਹੀਂ ਹੋਇਆ। ਮੈਕਸੀਕੋ ਤੋਂ ਅਮਰੀਕਾ ਵਿੱਚ ਮਨੁੱਖੀ ਤਸਕਰੀ ਦੇ ਦੋਸ਼ 'ਚ ਬੰਗਲਾਦੇਸ਼ ਦੇ ਇੱਕ ਨਾਗਰਿਕ ਗ੍ਰਿਫਤਾਰ ਕਰ ਲਿਆ ਗਿਆ। ਅਮਰੀਕੀ ਨਿਆਂ ਵਿਭਾਗ ਨੇ ਦੱਸਿਆ ਕਿ 30 ਸਾਲਾ ਮੁਖਤਿਆਰ ਹੁਸੈਨ ਮਾਰਚ 2017 ਤੋਂ ਅਗਸਤ 2018 ਦੀ ਮਿਆਦ 'ਚ 14 ਬੰਗਲਾਦੇਸ਼ੀ ਨਾਗਰਿਕਾਂ ਨੂੰ ਟੈਕਸਾਸ ਸੂਬੇ ਦੀ ਸਰਹੱਦ ਤੱਕ ਪਹੁੰਚਾਉਣ ਦੀ ਕੋਸ਼ਿਸ਼ 'ਚ ਸ਼ਾਮਲ ਸੀ। ਉਸਨੇ ਇਹਨਾਂ ਲੋਕਾਂ ਤੋਂ ਇਸ ਕੰਮ ਦੇ ਬਦਲੇ ਵੱਡੀ ਰਾਸ਼ੀ ਵਸੂਲੀ ਸੀ। ਮੁਖਤਿਆਰ ਮੈਕਸੀਕੋ ਦੇ ਟਮਾਂਟਰੇ 'ਚ ਇੱਕ ਹੋਟਲ ਵਿੱਚ ਚਲਾਉਂਦਾ ਸੀ, ਜਿੱਥੇ ਉਸਦੇ ਹੋਟਲ ਵਿੱਚ ਅਮਰੀਕਾ 'ਚ ਦਾਖਲ ਹੋਣ ਦੀ ਇੱਛਾ ਰੱਖਣ ਵਾਲੇ ਲੋਕ ਆ ਕੇ ਠਹਿਰਦੇ ਸਨ। ਅਮਰੀਕਾ ਵਿੱਚ ਪਾਕਿਸਤਾਨੀ ਵਿਅਕਤੀ ਨੂੰ ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਜਬਹਾਤ ਅਲ ਨੁਸਰਾ ਨੂੰ ਮਦਦ, ਸਮਰਥਨ ਅਤੇ ਸਰੋਤ ਪਹੁੰਚਾਉਣ ਦੀ ਕੋਸ਼ਿਸ਼ 2-7 ਦੀ ਕੈਦ ਸਜ਼ਾ ਸੁਣਾਈ ਗਈ ਹੈ। ਉੱਤਰੀ ਕੈਲੋਨੀ ਦੇ ਰਹਿਣ ਵਾਲੇ 39 ਸਾਲਾ ਬਾਇਸ ਜੈਵਜ ਸ਼ੇਖ ਨੂੰ ਨਿਗਰਾਨੀ ਵਿੱਚ ਰੱਖੇ ਜਾਣ ਦੇ ਬਾਅਦ 84 ਮਹੀਨੇ ਸਜ਼ਾ ਸੁਣਾਈ ਗਈ ਹੈ। ਸ਼ੇਖ ਨੇ ਇਸ ਸਾਲ ਅਗਸਤ 'ਚ ਆਪਣਾ ਜੁਰਮ ਸਵੀਕਾਰ ਕਰ ਲਿਆ ਸੀ। ਅਮਰੀਕਾ ਦੇ ਫਲੋਰੀਡਾ ਸੂਬੇ ਦੇ ਫੋਰਟ ਲਾਡਰਡੇਲ 'ਚ ਇੱਕ ਛੋਟਾ ਜਹਾਜ਼ ਇਮਾਰਤ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਜ਼ਖਮੀ ਹੋ ਗਿਆ। ਸਥਾਨਕ ਮੀਡੀਆ ਨੇ ਫੋਰਟ ਲਾਡਰਡੇਲ ਫਾਇਰ ਡਿਪਾਰਟਮੈਂਟ ਦੇ ਪ੍ਰਮੁੱਖ ਸਟੀਫਨ ਗਾਲ ਨਾਲ ਹਵਾਲਾ ਦਿੰਦੇ ਕਿਹਾ ਹੈ ਕਿ ਸਟਾਡੀਜ਼ੋਮ ਤੋਂ ਪੀੜਤ ਬੱਚਿਆਂ ਦੀ ਥੈਰੇਪੀ ਕੇਂਦਰ ਤੋਂ ਜਹਾਜ਼ ਟਕਰਾਉਣ ਨਾਲ ਪਾਇਲਟ ਅਤੇ ਯਾਤਰੀ ਦੀ ਮੌਤ ਹੋ ਗਈ ਹੈ। ਅਮਰੀਕਾ ਦੀ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਗੋਸ਼ੀ ਛੱਤਰ ਦੇ ਮਾਮਲੇ 'ਚ ਇੱਕ ਵੱਡਾ ਖੁਲਾਸਾ ਹੋਇਆ। CIA ਦੀ ਇੱਕ ਰਿਪੋਰਟ 'ਚ ਅਜਿਹਾ ਦਾਅਵਾ ਕੀਤਾ ਗਿਆ ਕਿ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਆਪਣੇ ਗਰੀਬੀ ਸਲਾਹਕਾਰ ਨੂੰ 11 ਮੈਸੇਜ ਭੇਜੇ ਸਨ, ਜੋ ਕਿ ਕਥਿਤ ਰੂਪ 'ਤੇ ਖਗੋਸ਼ੀ ਦੀ ਹੱਤਿਆ ਕਰਨ ਵਾਲੀ ਟੀਮ ਦੀ ਨਿਗਰਾਨੀ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਖਗੋਸ਼ੀ ਦੀ ਹੱਤਿਆ ਤੋਂ ਬਾਅਦ ਅਮਰੀਕੀ ਸਾਊਦੀ ਅਰਬ ਦੇ ਸੰਬੰਧ ਤਣਾਅਪੂਰਨ ਚੱਲ ਰਹੇ ਸਨ। ਇਹ ਤਣਾਅ 19-11 ਹਮਲੇ ਤੋਂ ਬਾਅਦ ਸਭ ਤੋਂ ਗੰਭੀਰ ਮੰਨੇ ਜਾ ਰਹੇ ਨੇ। ਅਮਰੀਕੀ ਸੰਸਦ ਮੈਂਬਰਾਂ ਨੇ ਵਾਈਟ ਹਾਊਸ ਤੋਂ ਅਪੀਲ ਕੀਤੀ ਹੈ ਕਿ ਉਹ ਤੁਰਕੀ 'ਚ ਖਗੋਸ਼ੀ ਦੀ ਮੌਤ ਦੇ ਬਾਰੇ ਖੁਫੀਆ ਏਜੰਸੀ ਵੱਲੋਂ ਇਕੱਠੀ ਕੀਤੀ ਜਾ ਰਹੀ ਜਾਣਕਾਰੀ ਦੇ ਬਾਰੇ ਸਪਸ਼ਟਵਾਦੀ ਪੱਖ ਅਪਣਾਉਣ ਅਤੇ ਨਾਲ ਹੀ ਪੁੱਛਿਆ ਕਿ ਕਰਾਊਨ ਪ੍ਰਿੰਸ ਘਟਨਾ ਦੇ ਬਾਰੇ ਵਿੱਚ ਪਹਿਲਾਂ ਤੋਂ ਜਾਣਦੇ ਸਨ ਤਾਂ ਉਹਨਾਂ ਨੇ ਖੁਦ ਇਸ ਦੇ ਨਿਰਦੇਸ਼ ਦਿੱਤੇ ਸਨ। ਅਮਰੀਕਾ 'ਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 4 ਸਾਲਾਂ ਦੌਰਾਨ 20,000 ਭਾਰਤੀ ਨੇ ਅਮਰੀਕਾ 'ਚ ਸਿਆਸੀ ਸ਼ਰਨ ਮੰਗੀ ਹੈ। ਅਮਰੀਕੀ ਹੋਮਲੈਂਡ ਸਿਕਿਉਰਿਟੀ ਮੰਤਰਾਲੇ ਨੇ ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੂੰ ਇਹ ਜਾਣਕਾਰੀ ਮੁਹੱਈਆ ਕਰਵਾਈ ਹੈ। ਉਕਤ ਐਸੋਸੀਏਸ਼ਨ ਪੰਜਾਬ ਤੋਂ ਆਉਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਕੰਮ ਕਰਦੀ ਹੈ। ਇਸ ਮੁਤਾਬਕ 2014 2306 ਵਿਅਕਤੀਆਂ ਨੇ ਸਿਆਸੀ ਸ਼ਰਨ ਲੈਣ ਲਈ ਅਰਜ਼ੀ ਦਿੱਤੀ ਸੀ, ਇਹਨਾਂ 'ਚ 146 ਔਰਤ ਸਨ। 2015 'ਚ ਇਹ ਗਿਣਤੀ ਵੱਧ ਕੇ 2971 ਹੋ ਗਈ।
2016 च 123 औरतों समेत 4088 2017 च 187 औरतों समेत 3656 लोगों ने सियासी शरण लैण लई अर्जी दित्ती है। अमेरिका च हर साल हजारां भारती सियासी शरण लैण लई कोशिश करते हैं। ਆਸਟ੍ਰੇਲੀਆ ਦੇ ਕਵਿਜ਼ਲੈਂਡ 'ਚ ਇੱਕ ਨੇਤਰਹੀਨ ਲੜਕੀ ਦੇ ਵਿਆਹ 'ਚ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਬਾਰੇ ਸਾਰੇ ਮਹਿਮਾਨਾਂ ਨੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਵਿਆਹ 'ਚ ਹਿੱਸਾ ਲਿਆ। ਦਰਅਸਲ ਅਜਿਹਾ ਕਰਨ ਲਈ ਖੁਦ ਲੜਕੀ ਨੇ ਮਹਿਮਾਨਾਂ ਨੂੰ ਅਪੀਲ ਕੀਤੀ ਸੀ। 32 ਸਾਲ ਦੀ ਸਟੇਫ ਐਗਨਿਓ ਚਾਹੁੰਦੀ ਸੀ ਕਿ ਉਸਦੇ ਵਿਆਹ ਵਿੱਚ ਸਾਰੇ ਲੋਕ ਉਂਝੇ ਹੀ ਮਹਿਸੂਸ ਕਰਨ ਜਿਵੇਂ ਉਹ ਖੁਦ ਕਰ ਰਹੀ ਹੈ। ਸਟੇਫ ਦੀ ਇਸ ਅਪੀਲ ਨੂੰ ਕਿਸੇ ਨੇ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਸਾਰੇ ਲੋਕ ਇਸ ਨੂੰ ਸਪੋਰਟ ਕਰਨ ਲਈ ਅੱਖਾਂ 'ਚ ਕਾਲੀ ਪੱਟੀ ਬੰਨ੍ਹ ਕੇ ਪਹੁੰਚੇ। ਕਾਂਗਰਸ ਨੇਤਾ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਨੇਤਾ ਮਨਜੀਤ ਸਿੰਘ ਜੀਕੇ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਜੀਕੇ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਦੇ ਸਮਝਿਆ ਨਹੀਂ ਜਾ ਸਕਦਾ। ਕਦੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਾਰੀਫ ਕਰਦੇ ਸਨ ਅਤੇ ਹੁਣ ਵਿਰੋਧ ਕਰਦੇ ਨੇ ਅਤੇ ਕਦੇ ਉਹ ਸੋਨੀਆ ਗਾਂਧੀ ਨੂੰ ਇੰਟਾਲੀ ਨੇ ਮੰਮੀ ਕਹਿੰਦੇ ਸਨ ਅਤੇ ਅੱਜ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ। ਤਾਜ਼ੇ ਮਾਮਲੇ 'ਚ ਉਹਨਾਂ ਨੇ ਆਪਣੇ ਮੁੱਖ ਮੰਤਰੀ ਨੂੰ ਹੀ ਨਿਸ਼ਾਨਾ ਬਣਾ ਦਿੱਤਾ ਹੈ। ਅਜਿਹਾ ਲੱਗਦਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਨਿਯੁਕਤ ਕੀਤੇ ਗਏ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਐਤਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਸੁਨੀਲ ਅਰੋੜਾ ਨੇ ਸ਼ਨੀਵਾਰ ਨੂੰ ਰਿਟਾਇਰ ਹੋਏ ਓਪੀ ਰਾਵਤ ਦੀ ਥਾਂ ਲਈ ਹੈ। ਦੱਸ ਦਈਏ ਕਿ ਓਪੀ ਰਾਵਤ ਦਾ ਕਾਰਜਕਾਲ 1 ਦਸੰਬਰ ਨੂੰ ਖਤਮ ਹੋ ਗਿਆ। ਸਾਲ 2019 ਦੀ ਲੋਕ ਸਭਾ ਚੋਣਾਂ ਨੂੰ ਮੁੱਖ ਚੋਣ ਕਮਿਸ਼ਨਰ ਦੇ ਤੌਰ 'ਤੇ ਸੁਨੀਲ ਅਰੋੜਾ ਦੀ ਨਿਗਰਾਨੀ 'ਚ ਹੋਣਗੀਆਂ। ਲੋਕ ਸਭਾ ਚੋਣਾਂ ਦੇ ਇਲਾਵਾ ਜੰਮੂ ਕਸ਼ਮੀਰ, ਉੜੀਸਾ, ਮਹਾਰਾਸ਼ਟਰ, ਹਰਿਆਣਾ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਹੀ ਮੋਢਿਆਂ 'ਤੇ ਹੈ। ਇਹਨਾਂ ਸਾਰੇ ਸਰਜਾਂ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ। ਦਿੱਲੀ 'ਚ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਆਪਣਾ ਜਾਦੂ ਚਲਾਵੇਗੀ। ਜੀ ਹਾਂ, ਦਿੱਲੀ ਦੀ ਜਨਤਾ ਨੂੰ ਆਪ ਸਰਕਾਰ ਦੇ ਕੰਮ ਕਾਫੀ ਪਸੰਦ ਆ ਰਹੇ ਹਨ। ਇੱਕ ਸਰਵੇ 'ਚ ਇਹ ਗੱਲ ਸਾਹਮਣੇ ਆਈ ਹੈ। ਸਰਵੇ 'ਚ ਸ਼ਾਮਲ ਜ਼ਿਆਦਾਤਰ ਲੋਕਾਂ ਦਾ ਕਹਿਣਾ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਮੁੜ ਤੋਂ ਮੁੱਖ ਮੰਤਰੀ ਤੌਰ 'ਤੇ ਦੇਖਣਾ ਪਸੰਦ ਕਰਨਗੇ। ਦਰਅਸਲ 'ਚ ਨੇਤਾ ਐਪ ਨੇ 70,000 ਲੋਕਾਂ ਨੂੰ ਦਿੱਲੀ ਦੀ ਮੌਜੂਦਾ ਆਪ ਸਰਕਾਰ ਬਾਰੇ ਉਹਨਾਂ ਦੀ ਰਾਏ ਲਈ ਹੈ। ਇਸ ਵਿੱਚ ਸ਼ਾਮਲ 65% ਲੋਕਾਂ ਨੇ ਕਿਹਾ ਕਿ ਉਹਨਾਂ ਨੇ ਕੇਜਰੀਵਾਲ ਸਰਕਾਰ ਦਾ ਕੰਮ ਪਸੰਦ ਹੈ। ਹਾਲਾਂਕਿ 35% ਲੋਕਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਨਾ ਤਾਂ ਸਰਕਾਰ ਦਾ ਕੰਮ ਪਸੰਦ ਆਇਆ ਅਤੇ ਨਾ ਹੀ ਉਹ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਦੇਖਣਾ ਚਾਹੁੰਦੇ ਨੇ। ਆਮ ਆਦਮੀ ਪਾਰਟੀ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਈ ਹੈ। ਆਮ ਆਦਮੀ ਦੇ ਵਿਧਾਇਕ ਦਾ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਉਹ ਇੱਕ ਵਿਅਕਤੀ ਨੂੰ ਬੇਰਹਿਮੀ ਨਾਲ ਕੁੱਟਦੇ ਦਿਖਾਈ ਦੇ ਰਹੇ ਨੇ। ਹੈਰਾਨੀ ਦੀ ਗੱਲ ਇਹ ਕਿ ਇਸ ਦੌਰਾਨ ਪੁਲਿਸ ਵੀ ਉੱਥੇ ਮੌਜੂਦ ਸੀ, ਪਰ ਵਿਧਾਇਕ ਨੂੰ ਰੋਕਣ ਦੀ ਬਜਾਏ ਉਹ ਤਮਾਸ਼ਾ ਦੇਖ ਰਹੇ ਸਨ। ਇਹ ਮਾਮਲਾ 14 ਨਵੰਬਰ ਦੇ ਦਿਨ ਛੱਠ ਪੂਜਾ ਦਾ ਦੱਸਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਨਾਲ ਸੌਰਵ ਚਾਹ ਹੈ, ਜੋ ਪੂਰਵਾਂਚਲ ਮੋਰਚੇ ਦੇ ਜੁਆਇੰਟ ਸੈਕਟਰੀ ਅਤੇ ਕਿਰਾੜੀ ਦੇ ਵਿਧਾਇਕ ਦੇ ਪ੍ਰਤੀਨਿਧੀ ਹਨ। ਖ਼ਬਰਾਂ ਮੁਤਾਬਕ ਵਿਕਾਸ ਖਿਲਾਫ ਛੇੜਛਾੜ ਸਮੇਤ ਕਈ ਮਾਮਲੇ ਦਰਜ ਹਨ। ਉਸਦੇ ਭਰਾ ਉੱਤੇ ਵੀ 2 ਸਾਲ ਪਹਿਲਾਂ ਗੈਂਗ ਰੇਪ ਦਾ ਦੋਸ਼ ਵੀ ਲੱਗ ਚੁੱਕਿਆ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਪ੍ਰਧਾਨ ਮੰਤਰੀ ਦੇ ਕਰਤਾਰਪੁਰ ਲਾਂਘੇ ਦੇ ਤਰਜ਼ ਉੱਤੇ ਕਸ਼ਮੀਰੀ ਪੰਡਤਾਂ ਦੀ ਪਹੁੰਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਸਥਿਤ ਸ਼ਾਰਦਾ ਪੀਠ ਤੱਕ ਬਣਾਉਣ ਲਈ ਰਾਹ ਖੋਲ੍ਹਣ ਦੀ ਬੇਨਤੀ ਕੀਤੀ ਹੈ। ਮਹਿਬੂਬਾ ਨੇ ਸ਼ਾਰਦਾ ਪੀਠ ਧਾਮ ਦਾ ਰਾਹ ਖੋਲ੍ਹਣ ਲਈ ਮੋਦੀ ਨੂੰ ਮੰਗ ਕਰਦੇ ਹੋਏ ਇੱਕ ਚਿੱਠੀ ਲਿਖੀ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੇਂਦਰ ਸਰਕਾਰ ਨੇ ਹਾਲ ਵਿੱਚ ਮਨਜ਼ੂਰੀ ਦਿੱਤੀ ਹੈ ਅਤੇ ਇਸ ਦੀ ਭਾਰਤੀ ਸਰਹੱਦ ਨੀਂਹ ਪੱਥਰ ਉਪ ਰਾਸ਼ਟਰਪਤੀ ਐਮ ਵੈਂਕਿਆ ਨਾਇਡੂ ਨੇ ਅਤੇ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰੱਖਿਆ ਹੈ। ਅਨਸਾਰ ਗਜਵਤ ਉੱਲ ਹਿੰਦ ਦੇ ਮੁਖੀ ਅੱਤਵਾਦੀ ਕਮਾਂਡਰ ਜਾਕਿਰ ਮੂਸਾ ਨੇ ਕਸ਼ਮੀਰ 'ਚ ਅੱਤਵਾਦੀਆਂ ਲਈ ਸੁਰੱਖਿਆ ਗਾਈਡਲਾਈਨ ਜਾਰੀ ਕਰਦੇ ਹੋਏ ਅੱਤਵਾਦੀਆਂ ਨੂੰ ਰਿਹਾਇਸ਼ੀ ਖੇਤਰਾਂ ਦੂਰ ਰਹਿਣ ਲਈ ਕਿਹਾ ਹੈ। ਆਪਣੇ ਮੀਡੀਆ ਚੈਨਲ ਰਾਹੀਂ ਜਾਰੀ ਕੀਤੇ ਪੋਸਟਰ ਵੀ ਜਾਕਿਰ ਮੂਸਾ ਨੇ ਨਿਰਦੇਸ਼ ਦਿੱਤੇ ਹਨ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਸਵਾਲ ਚੁੱਕਿਆ ਕਿ ਜੇਕਰ ਮਨਮੋਹਨ ਸਿੰਘ ਸਰਕਾਰ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ ਤਾਂ ਉਸ ਨੂੰ ਲੁਕਾ ਕੇ ਕਿਉਂ ਰੱਖਿਆ ਗਿਆ। ਇਸ ਦੇ ਨਾਲ ਹੀ ਰਾਜਨਾਥ ਨੇ ਕਿਹਾ ਕਿ ਕਾਂਗਰਸ ਵਾਲੀ ਮੰਦਰ ਅਤੇ ਗਊ ਚੁਣਾਵੀ ਸੰਕਟ ਹੋ ਸਕਦਾ ਹੈ, ਪਰ ਭਾਜਪਾ ਲਈ ਇਹ ਸੱਭਿਆਚਾਰਕ ਜੀਵਨ ਦਾ ਹਿੱਸਾ ਹੈ। ਇੱਥੇ ਦੱਸ ਦੇ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਉਦੈਪੁਰ 'ਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਜੀਕਲ ਸਟ੍ਰਾਈਕ ਵਰਗੇ ਫੌਜੀ ਫੈਸਲੇ ਨੂੰ ਸਿਆਸੀ ਜਾਇਦਾਦ ਬਣਾ ਦਿੱਤਾ, ਜਦਕਿ ਇਹ ਕੰਮ ਮਨਮੋਹਨ ਸਿੰਘ ਸਰਕਾਰ ਨੇ 3 ਵਾਰ ਕੀਤਾ ਸੀ। ਇਸ ਬਾਰੇ ਪੁੱਛੇ ਜਾਣ ਉੱਤੇ ਰਾਜਨਾਥ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਅੱਜ ਦੱਸ ਰਹੇ ਹਨ ਉਹ ਉਦੋਂ ਦੇਸ਼ ਨੂੰ ਕਿਉਂ ਨਹੀਂ ਦੱਸਿਆ ਗਿਆ। ਯੋਗ ਗੁਰੂ ਬਾਬਾ ਰਾਮਦੇਵ ਨੇ ਕਿਹਾ ਕਿ ਜੇ ਇਸ ਸਮੇਂ ਵੀ ਅਯੋਧਿਆ ਵਿੱਚ ਰਾਮ ਮੰਦਰ ਨਾ ਬਣਾਏਗਾ ਤਾਂ ਲੋਕਾਂ ਦਾ ਭਾਜਪਾ ਤੋਂ ਭਰੋਸਾ ਉੱਠ ਜਾਵੇਗਾ। ਐਤਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨੇ ਕਿਹਾ ਕਿ ਇਸ ਸਮੇਂ ਕੇਂਦਰ ਅਤੇ ਉੱਤਰ ਪ੍ਰਦੇਸ਼ ਦੋਵਾਂ ਥਾਵਾਂ 'ਤੇ ਭਾਜਪਾ ਦੀਆਂ ਸਰਕਾਰਾਂ ਹਨ। ਰਾਮ ਮੰਦਰ ਬਣਾਉਣ ਲਈ ਹੁਣ ਸਭ ਤੋਂ ਢੁੱਕਵਾਂ ਮੌਕਾ ਹੈ। ਅਯੋਧਿਆ 'ਚ ਇਸ ਮੰਦਰ ਦੀ ਉਸਾਰੀ ਲਈ 2 ਹੀ ਰਸਤੇ ਹਨ। ਇੱਕ ਤਾਂ ਇਹ ਹੈ ਕਿ ਲੋਕ ਕਾਨੂੰਨ ਅਤੇ ਅਦਾਲਤ ਦੀ ਪਰਵਾਹ ਕੀਤੇ ਬਿਨਾਂ ਖੁਦ ਹੀ ਇਸ ਦੀ ਉਸਾਰੀ ਸ਼ੁਰੂ ਕਰ ਦੇਣ। ਦੂਜਾ ਰਿਹਾ ਹੈ ਕਿ ਸਰਕਾਰ, ਲੋਕ ਰਾਜ ਦੀ ਸਰਵਉੱਚ ਸੰਸਥਾ ਸੰਸਦ ਰਾਹੀਂ ਕਾਨੂੰਨ ਬਣਾ ਕੇ ਇਸ ਮੰਦਰ ਦੀ ਉਸਾਰੀ ਸ਼ੁਰੂ ਕਰਵਾਏ। ਉਹਨਾਂ ਕਿਹਾ ਕਿ ਅਦਾਲਤੀ ਪ੍ਰਕਿਰਿਆ 'ਚ ਇੰਨੀ ਦੇਰੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਅਦਾਲਤ ਰਾਹੀਂ ਇਹ ਮਾਮਲਾ ਜਲਦ ਹੱਲ ਹੋਣ ਦੀ ਸੰਭਾਵਨਾ ਨਹੀਂ ਹੈ। 2 ਦਸੰਬਰ ਛੱਤੀਸਗੜ੍ਹ 'ਚ ਹਵਾ ਪ੍ਰਦੂਸ਼ਣ ਕੰਟਰੋਲ ਲਾਈਨ 6 ਪ੍ਰਮੁੱਖ ਸ਼ਹਿਰਾਂ 'ਚ ਪਟਾਕਿਆਂ 'ਤੇ 2 ਮਹੀਨੇ ਲਈ ਰੋਕ ਲਗਾ ਦਿੱਤੀ ਗਈ ਹੈ।
ਛੱਤੀਸਗੜ੍ਹ ਵਾਤਾਵਰਨ ਸੁਰੱਖਿਆ ਬੋਰਡ ਨੇ ਬੁਲਾਰੇ ਪ੍ਰਕਾਸ਼ ਸਾਵੰਤ ਨੇ PTI ਭਾਸ਼ਣ ਦੱਸਿਆ ਕਿ ਇਸ ਸਾਲ 1 ਦਸੰਬਰ ਅਤੇ ਅਗਲੇ ਸਾਲ 31 ਜਨਵਰੀ ਦੇ ਵਿੱਚ ਰਾਏਪੁਰ, ਬਿਲਾਸਪੁਰ, ਭਿਲਾਈ, ਰਾਏਗੜ੍ਹ ਅਤੇ ਕੋਰਬਾ 'ਚ ਰੋਕ ਲਗਾਈ ਗਈ ਹੈ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨਣ ਅਤੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਤੋਂ ਦਿੱਤੇ ਬਿਆਨ ਉੱਤੇ ਲੁਧਿਆਣਾ 'ਚ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਟਿੱਪਣੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਦੇ ਫੈਸਲਾ ਸਿਹਰਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ। ਜਿਨ੍ਹਾਂ ਦੀ ਦੋਸਤੀ ਚੱਲਦਾ ਇਮਰਾਨ ਖਾਨ ਨੇ ਫੈਸਲਾ ਲਿਆ ਅਤੇ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਦਾ ਰਾਸ਼ਟਰੀ ਆਗੂ ਹੋਣ ਦੇ ਨਾਤੇ ਕੈਪਟਨ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਸਾਰਿਆਂ ਦੇ ਹੀ ਕੈਪਟਨ ਹਨ। ਨਵਜੋਤ ਕੌਰ ਸਿੱਧੂ ਇੱਕ ਸਮਾਗਮ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਇੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨ ਦੇ ਹੱਕ ਵਿੱਚ ਉਤਰਦੇ ਨਜ਼ਰ ਆਏ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਨਵਜੋਤ ਸਿੰਘ ਸਿੱਧੂ ਆਪਣਾ ਪਿਤਾ ਸਮਾਨ ਮੰਨਦੇ ਹਨ। ਇਸ ਬਿਆਨ 'ਚ ਵੀ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਪਿਤਾ ਸਮਾਨ ਕਿਹਾ ਅਤੇ ਨਾਲ ਹੀ ਉਹਨਾਂ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਬੇਤੁਕੀ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਕੀਤਾ ਇੱਕ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਐਲਾਨ ਕੀਤਾ ਕਿ ਇੱਕ ਨਵੀਂ ਪਾਰਟੀ ਬਣਾਈ ਜਾਵੇਗੀ। ਟਕਸਾਲੀ ਆਗੂ ਬ੍ਰਹਮਪੁਰਾ ਨੇ ਦੱਸਦੇ ਕਿਹਾ ਕਿ ਨਵਾਂ ਅਕਾਲੀ ਦਲ ਵੀ ਤਿਆਰ ਕੀਤਾ ਜਾਵੇਗਾ। ਸੁਖਪਾਲ ਸਿੰਘ ਖੈਰ ਅਤੇ ਸਿਮਰਜੀਤ ਸਿੰਘ ਬੈਂਸ ਸਮੇਤ ਹੋਰ ਕਈ ਅਕਾਲੀ ਲੀਡਰ ਨੂੰ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅਗਲੇ 2 ਦਿਨਾਂ 'ਚ ਪਾਰਟੀ ਦੀ ਰੂਪ ਰੇਖਾ ਬਾਰੇ ਦੱਸ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ 1920 ਵਾਲਾ ਮਜ਼ਬੂਤ ਅਕਾਲੀ ਦਲ ਬਣਾਇਆ ਜਾਵੇਗਾ। ਇਸ ਦੌਰਾਨ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਖੋਲ੍ਹਣ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ। ਪਟਿਆਲਾ ਦੇ ਸਾਂਝਾ ਦੇ ਆਪ ਮੋਰਚਾ ਵੱਲੋਂ ਕੀਤੇ ਜਾ ਰਹੇ ਰੋਸ ਧਰਨੇ ਨੂੰ ਸਿੱਖਿਆ ਮੰਤਰੀ OP ਸੋਨੀ ਨੇ ਜੂਸ ਪਿਆ ਕੇ ਸਮਾਪਤ ਕਰਵਾ ਦਿੱਤਾ। ਇਸ ਮੌਕੇ ਉਹਨਾਂ ਨੇ ਅਧਿਆਪਕਾਂ ਨਾਲ ਵਾਅਦਾ ਕੀਤਾ ਕਿ ਸਾਂਝਾ ਅਧਿਆਪਕ ਮੋਰਚਾ ਦੀ ਮੰਗਾਂ ਨੂੰ ਲੈ ਕੇ 5 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣਗੇ ਅਤੇ ਮੰਗਾਂ ਸੰਬੰਧੀ 4 ਦਸੰਬਰ ਨੂੰ ਖੁਦ ਅਧਿਆਪਕਾਂ ਨਾਲ ਮੀਟਿੰਗ ਕਰਨਗੇ। ਨਾਭਾ ਬਲਾਕ ਦੇ ਪਿੰਡ ਸ਼ੀਟਾ ਵਾਲਾ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ 550ਵਾਂ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਮਹਾਨ ਗੁਰਪ੍ਰੀਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਜਿੱਥੇ ਸੰਗਤਾਂ ਨੇ ਗੁਰੂ ਘਰ ਨਤਮਸਤਕ ਹੋਈਆਂ ਉੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਸ਼ਿਰਕਤ ਕੀਤੀ। ਇਸ ਮੌਕੇ ਲੌਂਗੋਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸ਼ੁਭ ਪ੍ਰਾਪਤ ਸਥਾਨਾਂ ਉੱਤੇ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਜਿਸ ਲਈ ਉਹ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਵੱਲੋਂ ਆਪਣੇ ਬਿਆਨ 'ਚ ਭਾਰਤ ਨੂੰ ਗੁੱਲੀ ਸੁੱਟਣ ਉੱਤੇ ਲੌਂਗੋਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਦੇਣਾ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਅਤੇ ਉਹਨਾਂ ਕਿਹਾ ਕਿ ਅਸੀਂ ਅਮਨ ਸ਼ਾਂਤੀ ਚਾਹੁੰਦੇ ਹਾਂ ਅਤੇ ਇਸ ਲਾਂਘੇ ਨਾਲ ਦੋਹੇ ਮੁਲਕਾਂ ਨੂੰ ਫਾਇਦਾ ਹੋਵੇਗਾ। ਇੱਕ ਏਜੰਟ ਦੇ ਮਾਧਿਅਮ ਰਾਹੀਂ ਟੂਰਿਸਟ ਵੀਜ਼ੇ 'ਤੇ ਸਾਊਦੀ ਅਰਬ 'ਚ ਨੌਕਰੀ ਕਰਨ ਲਈ ਗਏ 14 ਲੋਕਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਸਾਊਦੀ ਅਰਬ 'ਚ ਸੰਬੰਧਕ ਬਣਾ ਕੇ ਰੱਖਿਆ ਹੋਇਆ ਹੈ। ਜਿਨ੍ਹਾਂ 'ਚ ਪੰਜਾਬ ਦੇ 2 ਅਤੇ ਹਿਮਾਚਲ ਦੇ 12 ਲੋਕ ਹਨ। ਇਹਨਾਂ 'ਚੋਂ ਹੁਸ਼ਿਆਰਪੁਰ ਦਾ ਹਰਜਿੰਦਰ ਸਿੰਘ ਵੀ ਸ਼ਾਮਲ ਹੈ। ਇਸ ਮੌਕੇ ਹਰਜਿੰਦਰ ਦੀ ਬਜ਼ੁਰਗ ਮਾਂ ਦਵਿੰਦਰ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸਦਾ ਪੁੱਤ ਸਾਊਦੀ ਅਰਬ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਗਿਆ ਸੀ ਪਰ ਉਸਨੂੰ ਕੀ ਪਤਾ ਸੀ ਕਿ ਵਿਦੇਸ਼ੀ ਧਰਤੀ ਉੱਤੇ ਫਸ ਜਾਵੇਗਾ ਅਤੇ ਉਹਨੇ ਸਰਕਾਰ ਤੋਂ ਆਪਣੇ ਪੁੱਤ ਨੂੰ ਵਾਪਸ ਵਤਨ ਲਿਆਉਣ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਜ਼ਿਲ੍ਹੇ 'ਚ ਬਣੇ ਸਕਿੱਲ ਸੈਂਟਰਾਂ ਨੂੰ ਆਉਣ ਵਾਲੀ ਗ੍ਰਾਂਟ 'ਚੋਂ 1,70,00,000 ਰੁਪਏ ਕਾਗਜ਼ਾਂ ਦੀ ਹੇਰਾਫੇਰੀ ਦੀ ਧੋਖਾਧੜੀ ਕਢਵਾਉਣ ਦੇ ਮਾਮਲੇ 'ਚ ਮਾਨਸਾ ਪੁਲਿਸ ਨੇ 14 ਵਿਅਕਤੀਆਂ ਖਿਲਾਫ਼ ਪਰਚਾ ਦਰਜ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ SSP ਮਨਧੀਰ ਸਿੰਘ ਨੇ ਪ੍ਰੈਸ ਨੂੰ ਇੱਕ ਜਾਰੀ ਬਿਆਨ 'ਚ ਦੱਸਿਆ ਕਿ ਮੀਰਾ ਸਾਹਿਬ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਵਿਕਾਸ ਯੋਜਨਾ ਦੇ 12 ਸੈਂਟਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਨ। ਉਹਨਾਂ ਕਿਹਾ ਕਿ ਇਹਨਾਂ ਸਕਿੱਲ ਸੈਂਟਰਾਂ ਨੂੰ ਕੇਂਦਰੀ ਸਰਕਾਰ ਵੱਲੋਂ ਪ੍ਰਤੀ ਬੱਚੇ ਅਤੇ ਪ੍ਰਤੀ ਘੰਟੇ ਦੇ ਹਿਸਾਬ ਨਾਲ ਗ੍ਰਾਂਟ ਆਉਂਦੀ ਹੈ ਜਿਸ ਗ੍ਰਾਂਟ ਨੂੰ ਇਹਨਾਂ ਸਕਿੱਲ ਸੈਂਟਰਾਂ 'ਚ ਵਿਤਰਿਤ ਕੀਤਾ ਜਾਂਦਾ ਸੀ ਪਰ ਸੁਸਾਇਟੀ ਦੇ ਪ੍ਰਧਾਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਇਸ ਗ੍ਰਾਂਟ ਨੂੰ ਆਪਣੇ ਪੱਧਰ ਉੱਤੇ ਕਢਵਾ ਲਿਆ ਜਾਂਦਾ ਸੀ ਅਤੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸੀਨੀਅਰ ਖਿਡਾਰੀ ਮਿਤਾਲੀ ਰਾਜ ਅਤੇ ਕੋਚ ਪਰਮੇਸ਼ ਪਵਾਰ ਦੇ ਮਤਭੇਦ ਜੱਗ ਜ਼ਾਹਿਰ ਹੋਣ ਤੋਂ ਬਾਅਦ BCCI ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਲਈ ਇੱਕ ਨਵਾਂ ਕੋਚ ਰੱਖਣ ਦਾ ਐਲਾਨ ਕੀਤਾ। ਬੋਰਡ ਕਿਸੇ ਅੰਤਰਰਾਸ਼ਟਰੀ ਪੁਰਸ਼ ਕ੍ਰਿਕਟਰ ਨੂੰ ਇਹ ਜ਼ਿੰਮੇਵਾਰੀ ਸੌਂਪਣਾ ਚਾਹੁੰਦੀ ਹੈ। ਏਸ਼ੀਆਈ ਚੈਂਪੀਅਨਸ਼ਿਪ ਵਿਸ਼ਵ ਰਿਕਾਰਡ ਦੇ ਨਾਲ ਖਿਤਾਬ ਜਿੱਤਣ ਵਾਲੇ ਪੰਜਾਬ ਦੇ ਨਿਸ਼ਾਨੇਬਾਜ਼ ਅੰਗਦ ਵੀਰ ਸਿੰਘ ਬਾਜਵਾ ਨੇ 62ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਪੁਰਸ਼ ਸੀਟ ਮੁਕਾਬਲੇ 'ਚ ਸੋਨ ਤਗਮਾ ਜਪਣੇ ਨਾ ਕੀਤਾ।
ਬਜਰੰਗ ਵਿਨੇਸ਼ ਪੂਜਾ ਨੂੰ ਗ੍ਰੇਡ ਏ ਜਦਕਿ ਸੁਸ਼ੀਲ ਅਤੇ ਸ਼ਾਸਕੀ ਨੂੰ ਗ੍ਰੇਡ ਬੀ ਦਾ ਕਰਾਰ। ਭਾਰਤੀ ਕੁਸ਼ਤੀ ਮਹਾਂਸੰਘ ਦੇ ਪਹਿਲਵਾਨਾਂ ਲਈ ਸਮਝੌਤਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਸਟਾਰ ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੂੰ ਪੂਜਾ ਡਾਂਟੇ ਨਾਲ 30 ਲੱਖ ਰੁਪਏ ਦੀ ਰਾਸ਼ੀ ਦੇ ਚੋਟੀ ਦਾ ਗ੍ਰੇਡ ਏ ਕਰਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ 2 ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਅਤੇ ਰੋਇਓ ਓਲੰਪਿਕ ਦੀ ਕਾਂਸ਼ੀ ਤਮਗਾ ਜੇਤੂ ਸ਼ਾਸਕੀ ਮਲਿਕ ਨੂੰ ਗ੍ਰੇਡ ਬੀ 'ਚ ਰੱਖਿਆ ਗਿਆ ਜਿਸ 'ਚ 1 ਸਾਲ 'ਚ 20 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਆਪਣਾ ਰਿਕਾਰਡ 6ਵਾਂ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਮੁੱਕੇਬਾਜ਼ MC ਮੈਰੀ ਕੌਮ ਨੇ ਕਿਹਾ ਕਿ ਉਸਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬ ਨੂੰ 7ਵੀਂ ਵਾਰ ਜਿੱਤਣ ਦੇ ਨਾਲ ਨਾਲ 2020 'ਚ ਹੋਣ ਵਾਲੇ ਓਲੰਪਿਕ ਤਗਮੇ 'ਤੇ ਹੈ। ਜ਼ਿਕਰਯੋਗ ਹੈ ਕਿ ਮਣੀਪੁਰ ਦੇ ਇਸ ਖਿਡਾਰਨ ਨੇ 8 ਸਾਲ 'ਚ 6 ਖਿਤਾਬ ਆਪਣੇ ਨਾਂ ਕੀਤੇ ਨੇ। ਮੁੱਕੇਬਾਜ਼ੀ ਦੇ ਓਲੰਪਿਕ ਭਵਿੱਖ ਸੰਬੰਧੀ ਚੋਟੀ ਦੇ ਅਧਿਕਾਰੀ ਫੈਸਲਾ ਕਰਨਗੇ ਕਿ ਇਸ ਖੇਡ ਦੀ ਸੰਚਾਲਨ ਸੰਸਥਾ ਨੂੰ ਸਜ਼ਾ ਦਿੱਤੀ ਜਾਵੇ ਜਾਂ ਨਹੀਂ। ਜੋ ਵਿੱਤੀ ਬੇਨਿਯਮਾਂ, ਜੱਜ ਦੇ ਵਿਵਾਦਪੂਰਨ ਫੈਸਲਿਆਂ ਅਤੇ ਵਿਵਾਦਪੂਰਨ ਪ੍ਰਧਾਨ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੌਮਾਂਤਰੀ ਮੁੱਕੇਬਾਜ਼ ਸੰਘ ਦੇ ਸੰਚਾਲਨ ਅਤੇ ਗੰਭੀਰ ਚਿੰਤਾਵਾਂ 'ਚ ਟੋਕੀਓ 2020 ਖੇਡਾਂ 'ਚ ਮੁੱਕੇਬਾਜ਼ੀ ਦੇ ਭਵਿੱਖ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਕੌਮਾਂਤਰੀ ਮੁੱਕੇਬਾਜ਼ੀ ਸੰਘ ਨੇ ਕਿਹਾ ਕਿ ਹੁਣ ਉਸ ਦੀਵਾਲੀਆ ਹੋਣ ਦਾ ਕੋਈ ਖਤਰਾ ਨਹੀਂ ਹੈ ਅਤੇ ਉਸਦੀ ਆਰਥਿਕ ਸਥਿਤੀ ਪਹਿਲਾਂ ਤੋਂ ਕਾਫ਼ੀ ਬਿਹਤਰ ਹੋ ਗਈ ਹੈ। ਕੌਮਾਂਤਰੀ ਓਲੰਪਿਕ ਕਮੇਟੀ ਨੇ AIBA ਦੀ ਮਾਲੀ ਹਾਲਤ 'ਤੇ ਚਿੰਤਾ ਜਿਤਾਈ ਸੀ। ਚੋਟੀ ਦਾ ਦਰਜਾ ਪ੍ਰਾਪਤ ਮਾਰਵ ਠੱਕਰ ਨੇ ਪੁਰਤਗਾਲ ਜੂਨੀਅਰ ਐਂਡ ਕੈਡਿਟ ਓਪਨ ਸਿੰਗਲ ਅਤੇ ਡਬਲਜ਼ ਵਰਗ ਦੇ ਖਿਤਾਬ ਹਾਸਲ ਕਰਕੇ ਦੋਹਰੇ ਖਿਤਾਬ ਜਿੱਤੇ। ਭਾਰਤ ਦੇ ਅਮਰਦੀਪ ਮਲਿਕ ਨੇ ਕਵਿੰਸ ਕੱਪ ਗੋਲਫ ਟੂਰਨਾਮੈਂਟ 'ਚ ਚੰਗੀ ਸ਼ੁਰੂਆਤ ਕੀਤੀ ਅਤੇ 4 ਅੰਡਰ 60 ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ 6ਵੇਂ ਸਥਾਨ 'ਤੇ ਚੱਲ ਰਹੇ ਹਨ। ਚੋਟੀ ਦੀ ਸ਼ਲਟਰ ਸਾਇਨਾ ਨੇਹਵਾਲ ਨੇ ਕਿਹਾ ਕਿ ਭਾਰਤੀ ਬੈਡਮਿੰਟਨ 2018 ਕਾਫ਼ੀ ਮੁਸ਼ਕਲ ਸਾਰ ਹੈ ਕਿਉਂਕਿ ਖਿਡਾਰੀਆਂ ਟੂਰਨਾਮੈਂਟ ਵਿਚਾਲੇ ਉਭਰਨ ਦੇ ਲਈ ਮੁਸ਼ਕਲ ਨਾਲ ਹੀ ਕੋਈ ਬ੍ਰੇਕ ਮਿਲਿਆ। UIDAI ਨੇ ਬੈਂਕਾਂ ਅਧਾਰਿਤ ਸਮਰਥ ਭੁਗਤਾਨ ਪ੍ਰਣਾਲੀ ਬੰਦ ਕਰਨ ਨੂੰ ਕਿਹਾ ਕਿਉਂਕਿ ਇਹ ਪ੍ਰਣਾਲੀਕਾਰੀ ਪਲਾਭਾਂ ਦੇ ਅੰਤਰਣ 'ਚ ਰੁਕਾਵਟ ਪੈਦਾ ਕਰ ਸਕਦਾ ਹੈ। ਭਾਰਤ ਵਿੱਚ ਵਿਕਾਸ ਵਿੱਚ ਸਾਂਝੇ ਦੌਰ ਦੇ 60 ਸਾਲ ਪੂਰੇ ਹੋਣ ਮੌਕੇ ਜਰਮਨੀ ਨੇ ਕਿਹਾ ਕਿ ਉਹ 2019 'ਚ 7 ਕਰੋੜ 65 ਲੱਖ ਯੂਰੋ ਨਿਵੇਸ਼ ਕਰਨ ਦੀ ਆਪਣੀ ਵਚਨਬੱਧਤਾ ਨੂੰ ਪੂਰਾ ਕਰੇਗਾ। ਇਸ ਵਿੱਚ ਸਮਾਰਟ ਸਿਟੀ ਅਤੇ ਗੰਗਾ ਸਫਾਈ ਅਭਿਆਨ ਜਿਹੇ ਵੱਡੇ ਪ੍ਰੋਜੈਕਟ ਸ਼ਾਮਲ ਹਨ। ਭਾਰਤ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਭਾਰਤ ਅਗਲੇ ਸਾਲ ਜਨਵਰੀ ਤੋਂ ਕਿਬਰਾਲੇ ਪ੍ਰੋਸੈਸ ਨੂੰ ਹੀਰਿਆਂ ਦੀ ਦੁਰਵਰਤੋਂ ਰੋਕਣ ਲਈ ਸ਼ੁਰੂ ਕੀਤਾ ਗਿਆ ਹੈ। ਰਿਲਾਇੰਸ ਕਮਿਊਨੀਕੇਸ਼ਨ ਲਈ ਜੀਓ ਨੂੰ ਸਪੈਕਟ੍ਰਮ ਵੇਚਣ ਦਾ ਰਸਤਾ ਸਾਫ਼ ਹੋ ਗਿਆ। ਇਸ ਕੇਸ ਉੱਤੇ ਸੁਪਰੀਮ ਕੋਰਟ ਨੇ ਆਰਕਾਮ ਦੇ ਹੱਕ ਵਿੱਚ ਫੈਸਲਾ ਕੀਤਾ। ਇਸ ਤੋਂ ਇਲਾਵਾ ਸਰਕਾਰ ਨੇ ਕੋਲੇ ਦੀ ਘਾਟ ਤੋਂ ਪੀੜਤ ਬਿਜਲੀ ਪਲਾਂਟਾਂ ਨੂੰ ਰਾਹਤ ਦੇਣ ਲਈ ਕਦਮ ਵੀ ਚੁੱਕੇ ਨੇ। ਦੇਸ਼ ਵਿੱਚ ਨੋਟਬੰਦੀ ਤੋਂ ਬਾਅਦ ਕੇਂਦਰੀ ਰਿਜ਼ਰਵ ਬੈਂਕ ਵੱਲੋਂ 2000 ਦੇ ਨਵੇਂ ਨੋਟਾਂ ਦੀ ਇੱਕ ਸੀਰੀਜ਼ ਕੱਢੀ ਗਈ ਹੈ। ਇਹਨਾਂ ਨੋਟਾਂ ਨੂੰ ਹਾਈ ਸਿਕਿਉਰਿਟੀ ਨੰਬਰ ਦੇ ਨਾਲ ਛਾਪਿਆ ਗਿਆ ਪਰ ਸ਼ਾਇਦ ਉਸਦਾ ਵੀ ਤੋੜ ਕੱਢ ਲਿਆ ਗਿਆ ਹੈ। ਭਾਰਤ ਵਿੱਚ ਨਕਲੀ ਨੋਟਾਂ ਦੀ ਗਿਣਤੀ ਵਿੱਚ ਵਾਧੇ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਸ ਤੋਂ ਖੁਦ RBI ਚਿੰਤਾ 'ਚ ਹੈ। ਯਸ਼ਰਾਜ ਬੈਨਰ ਹੇਠ ਬਣਨ ਵਾਲੀ ਇੱਕ ਹੋਰ ਵੱਡੇ ਬਜਟ ਦੀ ਫਿਲਮ ਸ਼ਮਸ਼ੇਰਾ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ। ਸ਼ਮਸ਼ੇਰਾ ਦੀ ਟੀਮ ਹਾਲ ਹੀ 'ਚ ਯਸ਼ਰਾਜ ਫਿਲਮਸ ਦੇ ਆਫਿਸ 'ਚ ਪੂਜਾ ਕਰਨ ਲਈ ਪਹੁੰਚੀ ਜਿੱਥੇ ਰਣਬੀਰ ਕਪੂਰ, ਵਾਣੀ ਕਪੂਰ ਅਤੇ ਡਾਇਰੈਕਟਰ ਕਰਨ ਮਲਹੋਤਰਾ ਨੂੰ ਦੇਖੇ ਗਏ। ਮਸ਼ਹੂਰ TV ਸੀਰੀਅਲ ਦੇਵੋਂ ਕੇ ਦੇਵ ਮਹਾਦੇਵ ਨਾਲ ਖਾਸ ਪਹਿਚਾਣ ਬਣਾ ਚੁੱਕੇ ਮੋਹਿਤ ਰੈਨਾ ਫਿਲਮ ਉੜੀ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਿਹਾ। ਇਸ ਫਿਲਮ 'ਚ ਮੋਹਿਤ ਭਾਰਤੀ ਆਰਮੀ ਅਫਸਰ ਦਾ ਕਿਰਦਾਰ ਨਿਭਾ ਰਹੇ ਨੇ। ਬਾਲੀਵੁੱਡ ਫਿਲਮ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਇੰਡਸਟਰੀ 'ਚ ਆਪਣੀ ਅਦਾਕਾਰੀ ਦਾ ਜੋਹਰ ਦਿਖਾਉਣ ਵਾਲੇ ਦਿਲਜੀਤ ਦੁਸਾਂਝ ਨੇ ਆਪਣੇ ਫੈਨਸ ਨੂੰ ਗੁੱਡ ਨਿਊਜ਼ ਦਿੱਤੀ ਹੈ। ਹਾਲ ਹੀ 'ਚ ਦਿਲਜੀਤ ਦੁਸਾਂਝ ਨੇ ਆਪਣੀ ਅਗਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਿਸ ਦਾ ਨਾਂ ਗੁੱਡ ਨਿਊਜ਼ ਹੈ। ਰੈੱਡ ਚਿੱਲੀਜ਼ ਐਂਟਰਟੇਨਮੈਂਟ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮਿਤੀ ਤੋਂ ਮਿਲੇ ਕਾਨੂੰਨੀ ਨੋਟਿਸ ਖਿਲਾਫ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਪੰਜਾਬੀ ਸੂਫੀ ਗਾਇਕ ਦੇ ਮਹਾਨ ਕਲਾਕਾਰ ਸਤਿੰਦਰ ਸਰਤਾਜ ਦਾ ਗੀਤ ਰਸੀਦ ਰਿਲੀਜ਼ ਹੋਇਆ ਅਤੇ ਐਲਬਮ ਸੀਜ਼ਨ ਆਫ ਸਰਤਾਜ ਦਾ ਇਹ ਗੀਤ ਆਖਰੀ ਹੈ। ਸਤਿੰਦਰ ਸਰਤਾਜ ਦੇ ਗੀਤ ਰਸੀਦ ਨੂੰ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਵਰ ਦਿੱਤਾ ਗਿਆ। ਗੀਤ ਦੀ ਵੀਡੀਓ ਐਡੀਟਿੰਗ ਅਤੇ ਡਾਇਰੈਕਸ਼ਨ ਇਹ ਤਿੰਨੋਂ ਅਹਿਮ ਭਾਗ ਸੰਨੀ ਧੀਨਸੇ ਵੱਲੋਂ ਸੰਭਾਲੇ ਗਏ। ਭੂਸ਼ਣ ਕਪੂਰ ਨਾਲ 2 ਫਿਲਮਾਂ ਅਨਾਊਂਸ ਕਰਨ ਤੋਂ ਬਾਅਦ ਬਾਲੀਵੁੱਡ ਐਕਟਰ ਗਿੱਪੀ ਗਰੇਵਾਲ ਨੇ ਅੱਜ ਇੱਕ ਨਵੀਂ ਅਪਡੇਟ ਆਪਣੇ ਫੈਨਸ ਦਿੱਤੀ ਹੈ। ਦਰਅਸਲ ਗਿੱਪੀ ਨੇ ਆਪਣੇ 2 ਫਿਲਮਾਂ ਦੀ ਰਿਲੀਜ਼ ਡੇਟ ਦੱਸੀ ਹੈ। ਇਹਨਾਂ 'ਚੋਂ ਪਹਿਲੀ ਫਿਲਮ ਮੰਜੇ ਬਿਸਤਰੇ 2 ਜੋ ਕਿ 12 ਅਪ੍ਰੈਲ 2019 ਰਿਲੀਜ਼ ਹੋਣ ਜਾ ਰਹੀ ਹੈ। ਦੂਜੀ ਫਿਲਮ ਦਾ ਨਾਂ ਅਜੇ ਫਾਈਨਲ ਨਹੀਂ ਹੋਇਆ ਜੋ ਕਿ 12 ਜੁਲਾਈ 2019 ਨੂੰ ਰਿਲੀਜ਼ ਹੋਵੇਗੀ।